हाँ जी, की हाल चाल ने जी सारिया के। सब तो पहला स्वागत है तुहाडा साडे यूट्यूब चैनल इकसी देसी दे विच। अज आपां गल करन जा रहे हैं मशहूर पंजाबी एक्टर ते प्रोड्यूसर नीरू बाजवा दी, जो कि हिंदी फिल्मों के नाल नाल पंजाबी फिल्मों विच भी काम कर चुके ने। सो अज दी इस वीडियो विच आपां उहनां दे जीवन बारे गल करांगे। सो सब तो पहला नीरू बाजवा का पूरा नाम अर्शवीर कौर बाजवा है, पर उन्हां दा निकनेम नीरू है ते पंजाबी इंडस्ट्री दे विच वी उन्हां नूं नीरू बाजवा दे नां नाल ही जाणिया जांदा है। नीरू बाजवा दा जन्म 26 अगस्त 1980 नूं पिता जसवंत बाजवा दे घर वैनकूवर ब्रिटिश कोलंबिया कैनेडा दे विच होया। उन्हां दीआं दो भैणां ने, दोवें भैणां सबरीना बाजवा ते रुबीना बाजवा वी पंजाबी इंडस्ट्री विच ही काम करदीआं ने। नीरू बाजवा दे भरा दा नां है सुहील बाजवा। नीरू बाजवा ने अपने स्कूल की पढ़ाई सरी ब्रिटिश कोलंबिया तो ही पूरी की। जे नीरू बाजवा के विह की गल करिए, नीरू बाजवा का विह हरमीकपाल जवंदा के नाल 8 फरवरी 2015 नूं होया। उन्हां दे पति कनेडियन बिजनेसमैन हैं। हालांकि नीरू बाजवा विह तो पहला हिंदी टीवी ते फिल्मों के एक्टर अमित शाह नाल रिलेशन विच रह चुके ने, ते उन्हां दे नाल ही नच बल्लीए शो विच भी हिस्सा लिया सी। ਵਿਆਹ ਤੋਂ ਬਾਅਦ ਨੀਰੂ ਬਾਜਵਾ ਦੀ ਕੁੱਖੋਂ 3 ਬੇਟੀਆਂ ਨੇ ਜਨਮ ਲਿਆ, ਜਿਨ੍ਹਾਂ ਦਾ ਨਾਂ ਅਨੰਨਿਆ, ਆਲੀਆ ਅਤੇ ਅਕੀਰਾ ਹੈ। ਅਨੰਨਿਆ ਉਹਨਾਂ ਦੀ ਵੱਡੀ ਬੇਟੀ ਹੈ ਅਤੇ ਆਲੀਆ ਅਤੇ ਅਕੀਰਾ ਉਹਨਾਂ ਦੀਆਂ ਦੋ ਛੋਟੀਆਂ ਬੇਟੀਆਂ ਨੇ ਜੋ ਕਿ ਜੁੜਵਾ ਨੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਨੀਰੂ ਬਾਜਵਾ ਟੀ ਵੀ ਸੀਰੀਅਲ ਅਤੇ ਫਿਲਮਾਂ ਦੇ ਨਾਲ ਕਿਵੇਂ ਜੁੜੇ। ਜਦੋਂ ਨੀਰੂ ਬਾਜਵਾ ਛੋਟੀ ਸੀ ਤਾਂ ਉਹਨਾਂ ਦੇ ਮਾਤਾ ਪਿਤਾ ਨੀਰੂ ਬਾਜਵਾ ਦੇ ਟਾਈਮ ਪਾਸ ਲਈ ਕੋਈ ਨਾ ਕੋਈ ਫਿਲਮ ਟੀ ਵੀ 'ਤੇ ਲਗਾ ਕੇ ਆਪ ਕੰਮ 'ਤੇ ਚਲੇ ਜਾਂਦੇ ਸੀ। इस तरह छोटी उम्र तो ही उन्होंने फिल्मों नाल लगाव हो गया ते उन्होंने फिल्मों दे विच काम करन दा फैसला कर लिया। हालांकि उन्होंने पिता जी उन्होंने डॉक्टर बनाना चाहते सी ते माता जी चाहती सी कि नीरू कैनेडा दे विच ही रह के अपनी पढ़ाई कंप्लीट करे, पर नीरू बाजवा दा पढ़ाई दे विच कुछ खास इंट्रस्ट नहीं सी। नीरू बाजवा ने अपने स्कूल दे दिनां विच ही मिस इंडिया कैनेडा पेजीमेंट विच हिस्सा लिया ते दूजे नंबर ते रहे। इस कॉम्पीटिशन विच जितण वाले नूं ਮੁੰਬਈ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਭੇਜਿਆ ਜਾਣਾ ਸੀ। ਇਸ ਕਾਰਨ ਹੀ ਨੀਰੂ ਬਾਜਵਾ ਨੇ ਇਸ ਕੰਪੀਟੀਸ਼ਨ ਵਿੱਚ ਪਾਰਟਿਸਪੇਟ ਕੀਤਾ ਸੀ, ਪਰ ਨੀਰੂ ਇਸ ਕੰਪੀਟੀਸ਼ਨ ਨੂੰ ਜਿੱਤ ਨਾ ਸਕੀ ਅਤੇ ਦੂਜੇ ਨੰਬਰ 'ਤੇ ਰਹੀ। ਇਸ ਤੋਂ ਬਾਅਦ ਨੀਰੂ ਬਾਜਵਾ ਦੀ ਮੁਲਾਕਾਤ ਮਨਮੋਹਨ ਸਿੰਘ ਦੇ ਨਾਲ ਹੋਈ, ਜੋ ਉਸ ਸਮੇਂ ਪੰਜਾਬੀ ਫਿਲਮ ਜੀ ਆਇਆਂ ਨੂੰ ਬਣਾ ਰਹੇ ਸੀ। ਮਨਮੋਹਨ ਸਿੰਘ ਨੇ ਨੀਰੂ ਨੂੰ ਮੁੰਬਈ ਆਉਣ ਲਈ ਕਿਹਾ ਅਤੇ ਨੀਰੂ 17 ਸਾਲ ਦੀ ਉਮਰ ਵਿੱਚ ਹੀ ਆਪਣੀ ਪੜ੍ਹਾਈ ਛੱਡ ਕੇ ਮੁੰਬਈ ਆ ਗਈ। ਇਸ ਤਰ੍ਹਾਂ ਨੀਰੂ ਬਾਜਵਾ ਨੇ ਆਪਣੀ ਪਹਿਲੀ ਫਿਲਮ 1998 ਦੇ ਵਿੱਚ ਕੀਤੀ, ਜਿਸ ਦਾ ਨਾਂ ਸੀ ਮੈਂ 16 ਵਰਸ ਕੀ। ਇਹ ਫਿਲਮ ਕਰਨ ਮਗਰੋਂ ਨੀਰੂ ਨੂੰ ਕੰਮ ਨਹੀਂ ਮਿਲਿਆ। ਕੰਮ ਨਾ ਮਿਲਣ 'ਤੇ ਨੀਰੂ ਵਾਪਸ ਕੈਨੇਡਾ ਜਾਣ ਵਾਲੀ ਸੀ, ਪਰ ਉਹਨਾਂ ਨੂੰ ਦੂਜੇ ਦਿਨ ਹੀ ਜੀ ਟੀ ਵੀ 'ਤੇ ਆਉਣ ਵਾਲੇ ਇੱਕ ਟੀ ਵੀ ਸੀਰੀਅਲ ਅਸਤਿਤਵ ਇੱਕ ਪ੍ਰੇਮ ਕਹਾਣੀ ਦੇ ਓਡੀਸ਼ਨ ਲਈ ਬੁਲਾਇਆ ਗਿਆ। ਓਡੀਸ਼ਨ ਵਿੱਚ ਸਿਲੈਕਟ ਹੋਣ ਤੋਂ ਬਾਅਦ ਉਹਨਾਂ ਨੇ ਇਸ ਸੀਰੀਅਲ ਦੇ ਵਿੱਚ ਕੰਮ ਕੀਤਾ। ਨੀਰੂ ਨੇ ਇਸ ਸੀਰੀਅਲ ਦੇ ਨਾਲ ਨਾਲ 4 ਹੋਰ ਸੀਰੀਅਲਸ ਦੇ ਵਿੱਚ ਕੰਮ ਕੀਤਾ। ਇਸ ਤਰ੍ਹਾਂ ਉਹਨਾਂ ਨੂੰ 2004 ਦੇ ਵਿੱਚ ਹੀ ਆਪਣੀ ਪਹਿਲੀ ਪੰਜਾਬੀ ਫਿਲਮ ਅਸਾਂ ਨੂੰ ਮਾਨ ਵਤਨਾਂ ਦਾ ਮਿਲੀ। ਇਹ ਫਿਲਮ ਹਿੱਟ ਰਹੀ ਅਤੇ ਨੀਰੂ ਨੇ ਟੀ ਵੀ ਸੀਰੀਅਲਸ ਦੇ ਨਾਲ ਨਾਲ ਹੋਰ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕਰਨਾ ਜਾਰੀ ਰੱਖਿਆ। ਉਹਨਾਂ ਨੇ ਦਿਲ ਆਪਣਾ ਪੰਜਾਬੀ, ਮੇਲ ਕਰਾ ਦੇ ਰੱਬਾ, ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਆ ਗਏ ਮੁੰਡੇ ਯੂਕੇ ਦੇ, ਚੰਨੋ ਕਮਲੀ ਯਾਰ ਦੀ, ਜਿੰਦੂਆ, ਲੌਂਗ ਅਤੇ ਲਾਚੀ, ਆਟੇ ਦੀ ਚਿੜੀ, ਊੜਾ ਐੜਾ ਅਤੇ ਛੜਾ ਸੁਪਰਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਨੀਰੂ ਬਾਜਵਾ ਪੰਜਾਬੀ ਫਿਲਮਾਂ ਦੇ ਨਾਲ ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਨੇ। ਇਸ ਤਰ੍ਹਾਂ ਨੀਰੂ ਬਾਜਵਾ ਨੂੰ ਆਪਣੀ ਸੁਪਰਹਿੱਟ ਫਿਲਮਾਂ ਦੇ ਕਾਰਨ ਹੀ ਅਵਾਰਡ ਵੀ ਮਿਲੇ ਅਤੇ ਆਪਣੇ ਫੈਨਸ ਦਾ ਪਿਆਰ ਵੀ ਮਿਲਿਆ। ਸੋ ਨੀਰੂ ਬਾਜਵਾ ਨੇ ਟੀ ਵੀ ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ ਅਤੇ ਹੌਲੀ ਹੌਲੀ ਫਿਲਮਾਂ ਦੇ ਵਿੱਚ ਵੀ ਕਾਮਯਾਬੀ ਹਾਸਲ ਕੀਤੀ। ਇਹ ਸਭ ਉਹਨਾਂ ਦੀ ਆਪਣੀ ਕੰਮ ਪ੍ਰਤੀ ਲਗਨ ਹੀ ਸੀ ਜੋ ਅੱਜ ਉਹ ਇਸ ਮੁਕਾਮ ਤੱਕ ਪਹੁੰਚੇ ਨੇ। ਸੋ ਦੋਸਤੋ, ਤੁਸੀਂ ਵੀ ਆਪਣੀ ਮੰਜ਼ਿਲ ਵੱਲ ਵੱਧਦੇ ਰਹੋ, ਮਿਹਨਤ ਕਰਦੇ ਰਹੋ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ। ਕਮੈਂਟ ਬਾਕਸ ਵਿੱਚ ਵੀਡੀਓ ਸੰਬੰਧੀ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਹੋ ਜਿਹੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੀ ਘੰਟੀ ਦਾ ਬਟਨ ਜ਼ਰੂਰ ਦੱਬ ਦਿਓ। ਦੋਸਤੋ, ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਰੱਬ ਰਾਖਾ।